ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮੈਂ ਬ੍ਰਿਜਰਾਜ, ਕੰਪਿਊਟਰ ਟੀਚਰ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 11ਵੀਂ ਪਾਠ 1 HTML ਅਤੇ CSS ਨਾਲ ਵੈਬ ਡਿਜ਼ਾਈਨਿੰਗ ਵਿੱਚ ਇਸ ਪਾਠ ਦੇ ਖਾਲੀ ਥਾਵਾਂ ਅਤੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ। ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਖਾਲੀ ਥਾਵਾਂ ਭਰੋ। ਫਸਟ ਹੈ ਵੈਬਸਾਈਟ ਕਲੀਅਰ ਅਤੇ ਫਰੈਸ਼ ਬਣਾਉਣ ਲਈ ਡੈਸ਼ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸਦਾ ਆਂਸਰ ਹੈ ਡਿਜ਼ਾਈਨ, ਕਿ ਜੇਕਰ ਤੁਸੀਂ ਵੈਬਸਾਈਟ ਵਧੀਆ ਬਣਾਉਣੀ ਹੈ ਤਾਂ ਉਹਦੇ ਲਈ ਉਸਦੀ ਡਿਜ਼ਾਈਨ ਨੂੰ ਪ੍ਰੈਫਰੈਂਸ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਡਿਜ਼ਾਈਨ ਇਹਦਾ ਅਟਰੈਕਟਿਵ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਯੂਜ਼ਰ ਤੁਹਾਡੀ ਵੈਬਸਾਈਟ ਨੂੰ ਯੂਜ਼ ਕਰਨ। ਨੰਬਰ 2, ਇਹ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ ਡੈਸ਼ ਪੈਟਰਨ ਵਿੱਚ ਵੈਬ ਪੇਜਾਂ ਨੂੰ ਸਕੈਨ ਕਰਦੇ ਹਨ, ਮਤਲਬ ਕਿ ਜਿਹੜੇ ਯੂਜ਼ਰ ਤੁਹਾਡੀ ਵੈਬਸਾਈਟ 'ਤੇ ਆਉਂਦੇ ਨੇ ਉਹ ਕਿਸ ਪੈਟਰਨ ਵਿੱਚ ਵੈਬਸਾਈਟ ਨੂੰ ਅਸੈਸ ਕਰਦੇ ਨੇ ਜਾਂ ਦੇਖਦੇ ਨੇ ਅਤੇ ਇਸਦਾ ਆਂਸਰ ਹੈਗਾ ਐਫ ਪੈਟਰਨ। ਐਫ ਪੈਟਰਨ ਦਾ ਅਰਥ ਹੈ ਕਿ ਜਦੋਂ ਵੀ ਕੋਈ ਯੂਜ਼ਰ ਵੈਬਸਾਈਟ 'ਤੇ ਆਉਂਦਾ ਹੈ ਤਾਂ ਉਹ ਵੈਬ ਪੇਜ ਨੂੰ ਜਾਂ ਵੈਬਸਾਈਟ ਨੂੰ ਲੈਫਟ ਟੂ ਰਾਈਟ ਅਤੇ ਟੋਪ ਟੂ ਬੋਟਮ ਸਕੈਨ ਕਰਦਾ ਹੈ। ਕਦੇ ਵੀ ਕੋਈ ਯੂਜ਼ਰ ਰਾਈਟ ਟੂ ਲੈਫਟ ਜਾਂ ਬੋਟਮ ਟੂ ਟੋਪ ਸਕੈਨ ਨਹੀਂ ਕਰਦਾ। ਅਤੇ ਜਦੋਂ ਯੂਜ਼ਰ ਲੈਫਟ ਟੂ ਰਾਈਟ ਅਤੇ ਟੋਪ ਟੂ ਬੋਟਮ ਵੈਬ ਪੇਜ ਨੂੰ ਦੇਖਦਾ ਤਾਂ ਉਸਨੂੰ ਬੋਲਦੇ ਹੈ ਐਫ ਪੈਟਰਨ। ਨੰਬਰ 3, HTML ਦੀ ਵਰਤੋਂ ਟੈਕਸਟ, ਇਮੇਜਸ ਅਤੇ ਹੋਰ ਵੈਬ ਪੇਜਾਂ ਦੇ ਡੈਸ਼ ਨੂੰ ਵੈਬ ਪੇਜਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਇਸਦਾ ਆਂਸਰ ਹੈ ਐਲੀਮੈਂਟਸ ਜਾਂ ਤੱਤਾਂ ਨੂੰ, ਮਤਲਬ HTML ਕੀ ਕਰਦੀ ਹੈ ਕਿ ਇਮੇਜ, ਟੈਕਸਟ ਜਾਂ ਹੋਰ ਵੈਬ ਪੇਜਾਂ ਦੇ ਜਿਹੜੇ ਤੱਤ ਹੈ, ਐਲੀਮੈਂਟਸ ਹੈ, ਉਹਨਾਂ ਨੂੰ ਅਰੇਂਜ ਕਰਨ ਦੇ ਕੰਮ ਆਉਂਦੀ ਹੈ। ਨੰਬਰ 4, ਡੈਸ਼ ਦੀ ਵਰਤੋਂ ਨਾਲ ਵੈਬਸਾਈਟਸ ਅਤੇ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸਦਾ ਆਂਸਰ ਹੈਗਾ CSS। ਤੇ CSS ਦਾ ਮਤਲਬ ਹੁੰਦਾ ਹੈ ਕਾਸਕੇਡਿੰਗ ਸਟਾਈਲ ਸ਼ੀਟ, ਕਿ ਜੇਕਰ ਤੁਸੀਂ ਵਧੀਆ ਲੁੱਕ ਵਾਲੀ ਵੈਬਸਾਈਟ ਤਿਆਰ ਕਰਨੀ ਹੈ ਤੇ ਉਹਦੇ ਲਈ CSS ਦੀ ਵਰਤੋਂ ਹੁੰਦੀ ਹੈ, ਕਿਉਂਕਿ ਜਿਹੜੀ HTML ਹੈ ਉਹ ਸਿੰਪਲ ਸਟੈਟਿਕ ਵੈਬ ਪੇਜ ਬਣਾਉਣ ਦੇ ਕੰਮ ਆਉਂਦੀ ਹੈ। ਜੇਕਰ ਤੁਸੀਂ ਵਧੀਆ ਡਾਇਨਾਮਿਕ ਲੁੱਕ ਵਾਲੇ ਵੈਬ ਪੇਜ ਤਿਆਰ ਕਰਨੇ ਹੈ ਤੇ ਉਹਦੇ ਲਈ CSS ਦੀ ਵਰਤੋਂ ਹੁੰਦੀ ਹੈ। ਨੈਕਸਟ ਹੈ ਡੈਸ਼ HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਤੇ ਇਸ ਦਾ ਆਂਸਰ ਹੈਗਾ ਸਿਲੈਕਟਰ। ਜਿਹੜਾ ਸਿਲੈਕਟਰ ਹੈ ਇਹ ਵੀ CSS ਦਾ ਪਾਰਟ ਹੈ ਤੇ ਸਿਲੈਕਟਰ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਐਲੀਮੈਂਟ ਸਿਲੈਕਟਰ, ਇੱਕ ਹੁੰਦਾ ID ਸਿਲੈਕਟਰ ਤੇ ਇੱਕ ਹੁੰਦਾ ਕਲਾਸ ਸਿਲੈਕਟਰ। ਨੈਕਸਟ ਹੈ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਹੈ W3C ਦਾ ਸੰਖੇਪ ਰੂਪ ਕੀ ਹੈ? ਤੇ ਇਸਦਾ ਪੂਰਾ ਨਾਮ ਹੁੰਦਾ ਵਰਲਡ ਵਾਈਡ ਵੈਬ ਕੰਸੋਰਟੀਅਮ। ਵਰਲਡ ਵਾਈਡ ਵੈਬ ਕੰਸੋਰਟੀਅਮ ਦਾ ਅਰਥ ਹੈ ਕਿ ਇਹ ਇੱਕ ਸੰਸਥਾ ਹੈਗੀ ਹੈ ਇੰਟਰਨੈਸ਼ਨਲ ਲੈਵਲ ਦੀ, ਜਿਹੜੀ ਵੈਬ ਸਟੈਂਡਰਡ ਤਿਆਰ ਕਰਦੀ ਹੈ, ਵੈਬ ਸਟੈਂਡਰਡ ਡਿਵੈਲਪ ਕਰਦੀ ਹੈ। ਮਤਲਬ ਇਸਦਾ ਮਤਲਬ ਹੈ ਕਿ ਜਿਹੜੇ ਵੈਬ ਪੇਜਿਸ ਹੈਗੇ ਹੈ ਤੇ ਜਿਹੜੀ ਵੈਬਸਾਈਟਸ ਹੈ ਉਹ ਲੇਟੈਸਟ ਟੈਕਨੋਲੋਜੀ ਦੇ ਹਾਰਡਵੇਅਰ ਅਤੇ ਸੋਫਟਵੇਅਰ ਨੂੰ ਸਪੋਰਟ ਕਰੇ। ਨੰਬਰ 2, CSS ਦਾ ਪੂਰਾ ਨਾਮ। ਤੇ CSS ਦਾ ਪੂਰਾ ਨਾਮ ਹੁੰਦਾ ਕਾਸਕੇਡਿੰਗ ਸਟਾਈਲ ਸ਼ੀਟ। ਜੇਕਰ ਅਸੀਂ ਵਧੀਆ ਲੁੱਕ ਵਾਲੀ ਵੈਬਸਾਈਟ ਤਿਆਰ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ CSS ਦੀ ਵਰਤੋਂ ਕਰਦੇ ਹਾਂ। ਤੇ ਜਿਹੜੀ CSS ਹੈ ਇਹ 3 ਤਰ੍ਹਾਂ ਦੀ ਹੁੰਦੀ ਹੈ, ਇਨਲਾਈਨ CSS, ਇੰਟਰਨਲ CSS ਅਤੇ ਐਕਸਟਰਨਲ CSS। ਇਸ ਨੂੰ ਅੱਗੇ ਅਸੀਂ ਚੈਪਟਰ ਵਿੱਚ ਪੜ੍ਹਾਂਗੇ। ਨੰਬਰ 3 ਹੈ ਐਕਸਟਰਨਲ CSS ਫਾਈਲ ਦੀ ਐਕਸਟੈਂਸ਼ਨ ਕੀ ਹੈ? ਜਿਸ ਤਰ੍ਹਾਂ ਅਸੀਂ HTML ਦਾ ਪ੍ਰੋਗਰਾਮ ਬਣਾਉਂਦੇ ਹਾਂ ਨੋਟਪੈਡ 'ਚ, ਉਸਨੂੰ .html ਨਾਲ ਸੇਵ ਕਰਦੇ ਹਾਂ, ਉਸੇ ਤਰ੍ਹਾਂ ਜਿਹੜਾ ਐਕਸਟਰਨਲ CSS ਹੈ ਇਹਦੀ ਫਾਈਲ ਵੀ ਜਿਹੜੀ ਨੋਟਪੈਡ 'ਚ ਬਣਦੀ ਹੈ ਅਤੇ ਇਸਦੀ ਐਕਸਟੈਂਸ਼ਨ ਹੁੰਦੀ ਹੈ .css। ਜਦੋਂ ਆਪਾਂ ਐਕਸਟਰਨਲ CSS ਫਾਈਲ ਬਣਾਵਾਂਗੇ ਉਸਨੂੰ .css ਨਾਲ ਸੇਵ ਕਰਾਂਗੇ, ਨਾ ਕਿ .html ਨਾਲ। ਨੰਬਰ 4, ਕਿਸ ਟੈਗ ਵਿੱਚ ਇੰਟਰਨਲ CSS ਨੂੰ HTML ਵੈਬ ਪੇਜ ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ? ਇਸ ਦਾ ਆਂਸਰ ਹੈਗਾ ਸਟਾਈਲ ਟੈਗ। ਜਿਹੜਾ ਸਟਾਈਲ ਟੈਗ ਹੈ ਇਹ ਹੈਡ ਸੈਕਸ਼ਨ ਦੇ ਅੰਦਰ ਡਿਫਾਈਨ ਹੁੰਦਾ ਜਦੋਂ ਅਸੀਂ ਇੰਟਰਨਲ CSS ਨੂੰ ਵਰਤਦੇ ਹਾਂ। ਇਸਦਾ ਵੀ ਅਸੀਂ ਪ੍ਰੋਗਰਾਮ ਅੱਗੇ ਪੜ੍ਹਾਂਗੇ। ਨੈਕਸਟ ਹੈ WYSI WYG ਦਾ ਪੂਰਾ ਨਾਮ ਲਿਖੋ। ਇਸਦਾ ਪੂਰਾ ਨਾਮ ਹੁੰਦਾ ਹੈ ਵਟ ਯੂ ਸੀ ਇਜ਼ ਵਟ ਯੂ ਗੈਟ, ਮਤਲਬ ਕਿ ਜਦੋਂ ਅਸੀਂ ਵੈਬਸਾਈਟ ਜਾਂ ਕਿਸੇ DTP ਸੋਫਟਵੇਅਰ 'ਚ ਕੰਮ ਕਰਦੇ ਹਾਂ ਕਿ ਜਿੱਦਾਂ ਦਾ ਡਾਕੂਮੈਂਟ ਸਾਨੂੰ ਸਾਹਮਣੇ ਨਜ਼ਰ ਆ ਰਿਹਾ, ਜਦੋਂ ਅਸੀਂ ਉਹਦੀ ਪ੍ਰਿੰਟਿੰਗ ਲਾਵਾਂਗੇ ਬਿਲਕੁਲ ਸੇਮ ਟੂ ਸੇਮ ਡਾਕੂਮੈਂਟ ਜਿਹੜਾ ਅਸੀਂ ਉਸਨੂੰ ਪ੍ਰਿੰਟ ਰੂਪ ਵਿੱਚ ਪ੍ਰਾਪਤ ਕਰਾਂਗੇ। ਤੇ ਇਸਦਾ ਪੂਰਾ ਨਾਮ ਕੀ ਹੋਇਆ? ਵਟ ਯੂ ਸੀ ਇਜ਼ ਵਟ ਯੂ ਗੈਟ। ਤੇ ਅੱਜ ਲਈ ਇੰਨਾ ਹੀ।
अगली बारी फिर किसी नवे टॉपिक नाल मिलांगे। तो जेकर तुसी अजे तक साडे इस चैनल नूं सबसक्राइब नहीं किया है तो कृपा करके इस नूं सबसक्राइब जरूर करो और बैल आइकन नूं क्लिक करना ना भूलो ता जो तुहानूं साडी नवीं वीडियोज़ के नोटिफिकेशन नाल नाल मिलते रहन। धन्यवाद।